मान पंजाबी उतों दे हो जावन जिते जान पंजाबी अपने आले हसदे ते पंजाबी तड़पन सौं वरगे हर दिल विच पंजाबी तड़कन पंजाबी तड़कन पंजाबी तड़कन पंजाबी तड़कन पंजाबी तड़कन आज दे पंजाबी तड़कन प्रोग्राम विच गुरशान मान वालों आप सब नू नमस्ते सत श्री अकाल ते जी आया नू अज एक बहुत ही खास प्रोग्राम असी लैके थोड़े लिए हाजिर होए हैं। उम्मीद है थोड़े वड्डे दिनों दी छुट्टियां बहुत ही अच्छी गुजरिया होणगियां और एक बार फिर नवे साल दी आप सब नू बहुत बहुत मुबारक। अज दे प्रोग्राम की शुरुआत एक बहुत ही खास मुलाकात नाल असी करन जा रहे हैं और ये मुलाकात हुई है नवीन कुमार जी नाल। जी हाँ, नवीन कुमार जी बॉडी बिल्डिंग दे चैंपियन ने। इन्हां नाल गलबात तुसी सुन के अते वेख के खुद जाण जाओगे। इन्होंने अपने मुल्क इंडिया विच पंजाब विच और बाहरले मुल्कों विच भी बॉडी बिल्डिंग विच अपना बहुत ना कमाया। अजकल ये टोरंटो विच ने और नौजवान बच्चों नू ए ट्रेनिंग दिंदे ने। मैं समझदा कि जे साडी बच्चों की सेहत अच्छी होवे, साडे बच्चे स्पोर्ट्स वाल अपना ध्यान देन, एक अच्छी बॉडी दे नाल एक अच्छे दिमाग की भी डिवेलपमेंट हुंदी है, जो साडे बच्चों लई बहुत जरूरी है। असी सब जानते हैं और गल्लां करते हैं, पर इसके संबंध में असी करते कुछ नहीं। असी सारे जानते हैं कि खास करके वैसटर्न कंट्री विच बच्चों का जो रुझा है, बहुते बच्चों का परसेंटेज के हिसाब से मैं कह रहा, नशियां वाल बहुत झुक रहा है, जो बहुत ही माड़ी गल है और गांह जाके इस पीढ़ी नू बहुत नुकसान होएगा इन गल्लां दा। सो इसनू हुण सांभण की जरूरत है। अपने बच्चों नू असी स्पोर्ट्स वाल पाइए, इन्हां दीआं सेहतां अच्छियां रखिए और इन्हां नू सीधे राह वाल पाइए। ये गलबात मैं नवीन कुमार जी नाल कीती और उन्होंने बहुत ही अच्छियां गल्लां अपने करियर बारे और फ्यूचर बारे मेरे नाल कीतियां और वो मैं थोड़े नाल सांझियां करन जा रहा हाँ। जी हाँ, बॉडी बिल्डिंग दे चैंपियन नवीन कुमार जी अजकल टोरंटो कैनेडा विच हन। इस गलबात दे संबंध विच तुसी मेरे नाल फोन ते गलबात कर सकते हो और बिच विचाले असी नवीन कुमार जी दा नंबर भी थानू देवांगे, तुसी डायरेक्टली उन्हां नाल भी गल कर सकते हो। नवीन जी, पंजाबी धड़कन विच तुहाडा निघा स्वागत। ਪੰਜਾਬੀ ਧੜਕਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਅਤੇ ਭਾਅ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ, ਤੁਸੀਂ ਟਾਈਮ ਕੱਢਿਆ ਮੇਰੇ ਵਰਗੇ ਛੋਟੇ ਜਿਹੇ ਬੰਦੇ ਵਾਸਤੇ। ਥੈਂਕ ਯੂ ਸੋ ਮੱਚ। ਨਹੀਂ, ਇਹ ਤਾਂ ਬੜੀ ਅੱਛੀ ਗੱਲ ਹੈ। ਮੈਨੂੰ ਨਵੀਨ ਜੀ, ਤੁਸੀਂ ਆਪਣੀ ਬੈਕਗਰਾਊਂਡ ਬਾਰੇ ਦੱਸੋ, ਤੁਸੀਂ ਪੰਜਾਬ ਵਿੱਚ ਕਿੱਥੋਂ ਹੋ ਅਤੇ ਕਦੋਂ ਤੁਸੀਂ ਇਹ ਟ੍ਰੇਨਿੰਗ ਸ਼ੁਰੂ ਕੀਤੀ? ਭਾਅ ਜੀ ਮੈਂ ਖਾਸ ਲੁਧਿਆਣੇ ਤੋਂ ਹੈਗਾ। 1995 ਦੇ ਵਿੱਚ ਮੈਂ ਕਾਲਜ ਦੇ ਵਿੱਚ ਸੀਗਾ, ਉਦੋਂ ਮੈਂ ਸ਼ਾਰਟ ਪੁੱਟ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀਗੀ। ਕਾਲਜ ਵਿੱਚ ਫਸਟ ਆਇਆ, ਫਿਰ ਉਸ ਤੋਂ ਬਾਅਦ 'ਚੋਂ ਸਟੇਡੀਅਮ 'ਚ ਮੈਂ ਪ੍ਰੈਕਟਿਸ ਕਰਨ ਲਈ ਚਲਾ ਗਿਆ। ਉੱਥੇ ਜਾ ਕੇ ਫਿਰ ਮੇਰਾ ਇੱਕਦਮ ਧਿਆਨ ਸ਼ਾਰਟਪੁੱਟ ਤੋਂ ਹਟ ਕੇ ਬਾਡੀ ਬਿਲਡਿੰਗ 'ਚ ਪੈ ਗਿਆ, ਕਿਉਂਕਿ ਮੇਰੀ ਸ਼ੁਰੂ ਤੋਂ ਸ਼ੌਂਕ ਸੀਗਾ। ਤੁਸੀਂ ਸ਼ਾਇਦ ਸਭ ਨੂੰ ਸਾਰੇ ਜਾਣਦੇ ਆ ਅਰਨੋਲਡ ਸ਼ਵਾਰਜ਼ਨੇਗਰ, ਠੀਕ ਹੈ। ਮੈਨੂੰ ਬਹੁਤ ਅੱਛਾ ਲੱਗਦਾ ਸੀ ਬਾਡੀ, ਅਤੇ ਮੈਂ ਚਾਹੁੰਦਾ ਸੀ ਕਿ ਮੈਂ ਥੋੜ੍ਹਾ ਮੋਟਾ ਉਹਦੇ ਵਰਗਾ ਲੱਗਣਾ ਸ਼ੁਰੂ ਹੋਵਾਂ ਰਾਈਟ, ਅਤੇ ਮੈਂ ਫਿਰ ਇਸੇ ਇਹੀ ਸੋਚ ਕੇ ਖੁਆਬ ਰੱਖ ਕੇ ਦਿਲ 'ਚ, ਅਤੇ ਮੈਂ ਟ੍ਰੇਨਿੰਗ ਸ਼ੁਰੂ ਕੀਤੀ, ਆਪਣਾ ਬਾਡੀ ਬਿਲਡਿੰਗ ਸ਼ੁਰੂ ਕਰਤੀ। 96 ਜੁਲਾਈ ਦੇ ਵਿੱਚ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਸੀ, ਅਤੇ 2 ਸਾਲ ਟ੍ਰੇਨਿੰਗ ਕਰਨ ਤੋਂ ਬਾਅਦ ਮੈਨੂੰ ਕੋਚ ਮਿਲੇ ਮੇਰੇ, ਬਹੁਤ ਚੰਗੇ ਕੋਚ ਸੀਗੇ, ਉਪਿੰਦਰ ਸਿੰਘ ਗਰੇਵਾਲ, ਅਤੇ ਉਹਨਾਂ ਨੇ ਕਿਹਾ ਨਵੀਨ ਤੈਨੂੰ ਕੰਪੀਟੀਸ਼ਨ ਲੜਨੇ ਚਾਹੀਦੇ। ਫਿਰ ਉਸ ਤੋਂ ਬਾਅਦ ਮੈਂ ਕੰਪਨੀ ਦਾ ਸਫ਼ਰ ਸ਼ੁਰੂ ਕਰਤਾ 98 ਦੇ ਵਿੱਚ। ਤੁਸੀਂ ਕਿਹਾ ਵੀ ਤੁਹਾਡੇ ਕੋਚ ਸਾਹਿਬ ਨੇ ਕਿਹਾ ਵੀ ਟਾਈਮ ਬਹੁਤ ਲੱਗਦਾ, ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਟ੍ਰੇਨਿੰਗ ਕਰਦੇ ਸੀ ਦਿਨ ਵਿੱਚ ਕਿੰਨੇ ਘੰਟੇ ਟ੍ਰੇਨਿੰਗ ਕਰਦੇ? ਭਾਅ ਜੀ ਜਦੋਂ ਮੇਰੇ ਕੋਲ ਕੋਚ ਨਹੀਂ ਸੀਗਾ, ਮੈਂ ਕਮਲਿਆਂ ਵਾਂਗ 3-3 ਘੰਟੇ ਰੋਜ਼ ਲੱਗੇ ਰਹਿਣਾ, 3-3 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ, ਹੈ ਨਾ। ਲੇਕਿਨ ਮੈਨੂੰ ਕੋਈ ਫਾਇਦਾ ਫੁਦਾ ਨਹੀਂ ਹੁੰਦਾ ਸੀ ਉਹਦਾ, ਕਿਉਂਕਿ ਮੇਰੇ ਕੋਲ ਟੈਕਨੀਕ ਨਹੀਂ ਸੀ, ਮੈਨੂੰ ਸਟੇਜ ਬਾਰੇ ਕੁਝ ਪਤਾ ਨਹੀਂ ਸੀ। ਕੋਚ ਮਿਲੇ, ਉਹਨਾਂ ਨੇ ਮੈਨੂੰ ਸਹੀ ਰਸਤਾ ਦਿਖਾਇਆ। ਮੈਨੂੰ ਉਹਨਾਂ ਨੇ ਕਿਹਾ ਕਿ ਜੇ ਤਰੀਕੇ ਨਾਲ ਇੰਟੈਂਸ ਟ੍ਰੇਨਿੰਗ ਕੀਤੀ ਜਾਵੇ ਤਾਂ ਦਿਨ ਦੇ ਵਿੱਚ 40-45 ਮਿੰਟ ਬਹੁਤ ਹੁੰਦੇ ਆ, ਪਰ ਹੋਰ ਸੈਕਰੀਫਾਈਸਿਸ ਨਾਲ ਹੁੰਦੇ ਆ ਕਿ ਕੰਪੀਟੀਸ਼ਨ ਕੋਈ ਆ ਗਿਆ, ਕਿਸੇ ਵੇਲੇ ਪੰਜਾਬ 'ਚ ਕੰਪੀਟੀਸ਼ਨ ਹੈ, ਕਿਸੇ ਦਿੱਲੀ 'ਚ ਕੰਪੀਟੀਸ਼ਨ ਹੈ, ਕਿਸੇ ਲਈ ਕੇਰਲਾ 'ਚ ਜਾਣਾ ਪੈਣਾ ਰਹੀ ਕੰਪੀਟੀਸ਼ਨ ਲੜਨ ਲਈ, ਅਤੇ ਇਸ ਲਈ ਫਿਰ ਮੈਨੂੰ ਉਹ ਇਹ ਸੈਕਰੀਫਾਈਸ ਸੀਗੇ ਜਿਹੜੇ ਹਫ਼ਤਾ ਤੁਹਾਨੂੰ ਰਹਿਣਾ ਪੈਂਦਾ ਸੀਗਾ। ਦੂਜਾ ਖੁਰਾਕ ਦਾ ਭਾਅ ਜੀ ਬਹੁਤ ਧਿਆਨ ਰੱਖਣਾ ਪੈਂਦਾ, ਹੈ ਨਾ। ਕਾਰਬਸ ਛੱਡ, ਕਾਰਬਸ ਛੱਡਣੇ ਪੈਂਦੇ ਆ, ਕਾਪ ਨਹੀਂ ਖਾਵਾਂਗੇ, ਐਕਸਰਸਾਈਜ਼ ਹੈਵੀ ਲਾਵਾਂਗੇ, ਚੱਕਰ ਹੀ ਆ ਜਾਣੇ ਰਾਈਟ। ਉਸ ਕਰਕੇ ਕੋਚ ਸਾਹਿਬ ਕਹਿੰਦੇ ਤੂੰ ਪੜ੍ਹਾਈ ਵੱਲ ਧਿਆਨ ਘਟਾ ਦੇ, ਆਪਣੀ ਐਕਸਰਸਾਈਜ਼ ਪ੍ਰੋਪਰ ਤਰੀਕੇ, ਤੇਰਾ ਇਹਦੇ 'ਚ ਥੋੜ੍ਹਾ ਬਹੁਤਾ ਫਿਊਚਰ ਦਿਖਦਾ ਪਿਆ ਮੈਨੂੰ ਰਾਈਟ, ਇਸ ਲਈ ਮੈਂ ਫਿਰ ਕੱਢਿਆ। ਲੇਕਿਨ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ 45 ਮਿੰਟ ਬਹੁਤ ਹੈ ਕਾਰਡੀਓ ਲਈ, ਆਪਣਾ ਵਰਕਆਊਟ ਲਈ, ਅਤੇ ਜੇ ਬੰਦਾ ਕੋਈ ਫੈਟੀ ਹੈ, ਆਪਣਾ ਫੈਟ ਘਟਾਉਣ ਲਈ ਆਇਆ ਜਿਮ, ਉਹਨੂੰ ਘੱਟੋ ਘੱਟ 1.5 ਘੰਟੇ 2 ਘੰਟੇ ਚਾਹੀਦੇ ਜਿਮ ਦੇ ਵਿੱਚ ਰੋਜ਼। ਅਤੇ ਜਦੋਂ ਤੁਸੀਂ ਕੰਪੀਟੀਸ਼ਨ ਲੜਦੇ ਸੀ ਇੰਡੀਆ ਵਿੱਚ, ਹੋਰ ਇੰਡੀਆ ਦੇ ਵਿਦ ਇਨ ਇੰਡੀਆ ਕਿੰਨੇ ਕੁ ਸਟੂਡੈਂਟ ਹੋਰ ਸੀਗੇ ਜਾਂ ਵਿਦਿਆਰਥੀ ਤੁਹਾਡੇ ਵਰਗੇ ਜੋ ਬੋਡੀ ਬਿਲਡਿੰਗ ਵਿੱਚ ਇੰਟਰਸਟਿਡ ਸਨ? ਭਾਅ ਜੀ ਉਸ ਵੇਲੇ ਦੀ ਗੱਲ, ਮੈਂ ਗੱਲ ਕਰ ਰਿਹਾ ਤੁਹਾਡੇ ਨਾਲ 97-98 ਦੀ, ਹੈ ਨਾ। ਉਸ ਵੇਲੇ ਇੰਨਾ ਕਰੇਜ਼ ਨਹੀਂ ਹੁੰਦਾ ਸੀਗਾ,
ਉਸ ਵੇਲੇ 97 ਦੇ ਵਿੱਚ 98 ਦੇ ਵਿੱਚ ਮੈਂ ਸਮਝ ਲਓ ਮੈਂ ਜੋ ਫਸਟ ਟਾਈਮ ਮਿਸਟਰ ਲੁਧਿਆਣਾ ਦਾ ਕੰਪਟੀਸ਼ਨ ਲੜਨ ਗਿਆ ਸੀਗਾ ਟੋਟਲ ਮੈਂ 40-45 ਮੁੰਡੇ ਪੂਰੇ ਲੁਧਿਆਣੇ 'ਚੋਂ ਖੜੇ ਹੋਏ ਸੀ ਉਸ ਕੰਪਟੀਸ਼ਨ ਦੇ ਵਿੱਚ ਹੈ ਨਾ ਉਸ ਵੇਲੇ ਇੰਨਾ ਕਰੇਜ਼ ਨਹੀਂ ਸੀਗਾ ਲੇਕਿਨ ਹੁਣ ਮੈਨੂੰ ਇੰਡੀਆ ਗੇਮ ਨੂੰ ਕਾਫੀ ਦੇਰ ਹੋ ਗਈ 6 ਸਾਲ ਹੋ ਗਏ ਅਤੇ ਮੈਂ ਦੇਖਦਾ ਹੁਣ ਪ੍ਰੋਪਰ ਮੈਂ ਆਪਣੇ ਉੱਥੇ ਵੀ ਮੇਰੇ ਸਟੂਡੈਂਟਸ ਹੈਗੇ ਉਹਨਾਂ ਨਾਲ ਮੈਂ ਇਨ ਟੱਚ ਰਹਿੰਦਾ ਹੈਗਾ ਬਹੁਤ ਜ਼ਿਆਦਾ ਕਰੇਜ਼ ਵੱਧ ਚੁੱਕਾ ਇੰਡੀਆ ਬਹੁਤ ਜ਼ਿਆਦਾ ਅਤੇ ਤੁਸੀਂ ਕਿਹੜੇ ਕਿਹੜੇ ਕੰਪੀਟੀਸ਼ਨ ਲੜੇ ਇੰਡੀਆ ਵਿੱਚ ਅਤੇ ਇੰਡੀਆ ਤੋਂ ਬਾਹਰ ਭਾਅ ਜੀ ਮੈਂ ਮਿਸਟਰ ਲੁਧਿਆਣਾ ਲੜਿਆ ਮਿਸਟਰ ਲੁਧਿਆਣਾ ਮੈਂ ਲਗਾਤਾਰ 3 ਸਾਲ ਫਸਟ ਪਲੇਸ ਆਈ ਹੈ 1 ਵਾਰੀ ਮੇਰੀ ਸੈਕਿੰਡ ਪਲੇਸ ਆਈ ਸੀਗੇ ਉਸ ਤੋਂ ਬਾਅਦ 'ਚ ਮੈਂ ਪੰਜਾਬ ਸੀਨੀਅਰ ਮਿਸਟਰ ਪੰਜਾਬ ਲੜਿਆ ਮੈਂ ਜਲੰਧਰ ਦੇ ਵਿੱਚ ਹੋਇਆ ਸੀਗਾ ਔਰ ਮੇਰੀ ਸੈਕਿੰਡ ਸਿਲਵਰ ਮੈਡਲ ਆਇਆ ਸੀਗਾ ਫਿਰ ਮੈਂ ਬ੍ਰੋਂਜ਼ ਮੈਡਲ ਜਿੱਤਿਆ ਨੌਰਥ ਇੰਡੀਆ ਦੇ ਵਿੱਚੋਂ ਮਿਸਟਰ ਨੌਰਥ ਇੰਡੀਆ ਬਾਡੀ ਬਿਲਡਿੰਗ ਦੇ ਵਿੱਚੋਂ ਗਬਰੂ ਪੰਜਾਬ ਦਾ ਅੱਜ 3rd ਪਲੇਸ ਆਈ ਮੇਰੀ ਫਤਿਹ ਮਸਲਮੈਨ ਆਫ ਫਤਿਹਗੜ੍ਹ ਸਾਹਿਬ ਦੇ ਵਿੱਚ 3rd ਪਲੇਸ ਆਈ ਮਿਸਟਰ ਓਵਰਆਲ ਮਿਸਟਰ ਸਹਾਰਾ ਬਣਿਆ ਮੈਂ 2001 ਦੇ ਵਿੱਚ ਅਤੇ ਇਹ ਸਭ ਮੇਰੇ ਜਿਹੜੀਆਂ ਸੀਗੀਆਂ ਬਾਡੀ ਬਿਲਡਿੰਗ ਦੇ ਵਿੱਚ ਸੀਗਾ ਮੈਂ ਹੈ ਨਾ ਜਿਹੜੇ ਪ੍ਰਾਈਜ਼ ਜਿੱਤੇ ਮੈਂ ਉਸ ਤੋਂ ਬਾਅਦ 'ਚੋਂ ਮੈਂ ਬਾਡੀ ਲਿਫਟਿੰਗ ਦੇ ਵਿੱਚ ਵੀ ਹੱਥਾਂ 'ਚ ਮਾਏ ਥੋੜ੍ਹੇ ਜਿਹੇ ਉਹਦੇ 'ਚ ਮੈਂ ਲੁਧਿਆਣੇ 'ਚ ਵੀ ਫਸਟ ਆਇਆ ਫਿਰ ਮੈਂ ਪੰਜਾਬ ਦੇ ਲੜੇ ਪੰਜਾਬ 'ਚ ਗੋਲਡ ਮੈਡਲ ਜਿੱਤਿਆ ਬਾਡੀ ਲਿਫਟਿੰਗ ਦੇ ਵਿੱਚ ਅਤੇ ਉਸ ਤੋਂ ਬਾਅਦ 'ਚ ਫਿਰ ਨੈਸ਼ਨਲ ਲੜੇ ਨੈਸ਼ਨਲ 'ਚ ਮੈਂ ਗੋਲਡ ਮੈਡਲ ਜਿੱਤਿਆ ਬਾਡੀ ਲਿਫਟਿੰਗ ਦੇ ਵਿੱਚ ਅਤੇ ਬਾਡੀ ਬਿਲਡਿੰਗ 'ਚ ਮੈਂ ਨੌਰਥ ਇੰਡੀਆ ਤੱਕ ਗਿਆ ਨੌਰਥ ਇੰਡੀਆ ਮੈਂ ਬ੍ਰੋਂਜ਼ ਮੈਡਲ ਜਿੱਤਿਆ ਬਾਡੀ ਬਿਲਡਿੰਗ ਦੀ ਹਾਂਜੀ ਇਹ ਬਾਡੀ ਬਿਲਡਿੰਗ ਅਤੇ ਬਾਡੀ ਲਿਫਟਿੰਗ 'ਚ ਕੀ ਫਰਕ ਆ ਬਾਡੀ ਬਿਲਡਿੰਗ ਭਾਅ ਜੀ ਇੱਕ ਮਾਡਲਿੰਗ ਸ਼ੋਅ ਹੈ ਠੀਕ ਹੈ ਤੁਸੀਂ ਆਪਣੀ ਬਾਡੀ ਬਣਾਓ ਮਸਲਸ ਪਰਾਓ ਮਤਲਬ ਤੁਹਾਡੀ ਬਾਡੀ ਦੇਖਣ ਨੂੰ ਬਹੁਤ ਸੋਹਣੀ ਲੱਗੇ ਇਹਦੇ 'ਚ ਕਿਸੇ ਨਾਲ ਲੜਨਾ ਨਹੀਂ ਪੈਂਦਾ ਮਤਲਬ 4-5 ਬੰਦੇ ਆ ਕੇ ਸਟੇਜ 'ਤੇ ਖੜੇ ਹੋ ਜਾਂਦੇ ਇੱਕੋ ਜਿਹੇ ਰਾਈਟ ਜੱਜਿਸ ਦੇਖਦੇ ਕਿਹਦੀ ਬਾਡੀ ਜ਼ਿਆਦਾ ਸਿਮੈਟਰੀਕਲ ਹੈ ਰਾਈਟ ਜਿਹਦੀ ਬਾਡੀ ਜ਼ਿਆਦਾ ਸਿਮੈਟਰੀ ਹੈ ਸੋਹਣੀ ਲੱਗਦੀ ਦੇਖਣ ਨੂੰ ਪ੍ਰਪੋਰਸ਼ਨੇਟ ਆ ਪੂਰੀ ਬਾਡੀ ਰਾਈਟ ਉਹਨੂੂੰ ਉਹ ਫਸਟ ਪ੍ਰਾਈਜ਼ ਦਿੰਦੇ ਰਾਈਟ ਇਹ ਸ਼ੋਅ ਹੈ ਜਿਹੜੀ ਬਾਡੀ ਲਿਫਟਿੰਗ ਹੈ ਬਾਡੀ ਲਿਫਟਿੰਗ ਦੇ ਵਿੱਚ ਦੋ ਐਕਸਰਸਾਈਜ਼ਾਂ ਹੁੰਦੀਆਂ ਚਿਨਅਪਸ ਸਟ੍ਰੇਟ ਗ੍ਰਿਪ ਚਿਨਅਪਸ ਅਤੇ ਡਿਪਸ ਇਹਨਾਂ ਦੋਨਾਂ ਦੀ ਕਾਊਂਟ ਹੁੰਦੀ ਹੈ ਖਿੱਚਾ ਕਿਹੜਾ ਇਹ ਵੇਟ ਦੇ ਹਿਸਾਬ ਨਾਲ ਕੰਪੀਟੀਸ਼ਨ ਹੁੰਦੇ ਦੋਨੋਂ ਹੀ ਹੈ ਨਾ ਵੇਟ ਕੈਟਾਗਰੀ ਦੇ ਹਿਸਾਬ ਨਾਲ ਅਤੇ ਜਿਹੜੇ ਬਾਡੀ ਲਿਫਟਿੰਗ ਦੀ ਕੰਪੀਟੀਸ਼ਨ ਹੈ ਇਹ ਥੋੜ੍ਹੇ ਟਫ ਹੁੰਦੇ ਆ ਕਿਉਂਕਿ ਇਹਦੇ 'ਚ ਸਾਹਮਣੇ ਸਟੇਜ ਹੁੰਦੀ ਹੈ ਉਹ ਅਤੇ ਆਪਣਾ ਇਕਿਪਮੈਂਟ ਪਿਆ ਹੁੰਦਾ ਤੁਸੀਂ ਆਪਣੀ ਐਕਸਰਸਾਈਜ਼ ਵਰਕਆਊਟ ਲਗਾਉਣਾ ਹੁੰਦਾ ਤੁਹਾਡੇ 'ਚ ਕਿੰਨੀ ਜਾਨ ਹੈਗੀ ਹੈ ਰਾਈਟ ਅਤੇ ਉਹ ਫਿਰ ਰੈਪਸ ਕਾਊਂਟ ਹੁੰਦੇ ਆ ਖਿੱਚ ਜਿਹੜਾ ਬੰਦੇ 'ਚ ਰੈਪਸ ਜ਼ਿਆਦਾ ਹੁੰਦੇ ਉਹ ਫਸਟ ਟਰਨ ਤੋਂ ਸੈਕਿੰਡ ਟਰਨ ਇੱਦਾਂ ਇੱਦਾਂ ਕਾਊਂਟ ਹੁੰਦਾ ਅਤੇ ਹੁਣ ਇਸ ਵਕਤ ਤੁਸੀਂ ਟੋਰਾਂਟੋ ਵਿੱਚ ਇੱਥੇ ਕੀ ਕਰ ਰਹੇ ਹੋ ਕਿੰਨੇ ਕੁ ਬੱਚੇ ਤੁਹਾਡੇ ਕੋਲ ਜਿਨ੍ਹਾਂ ਨੂੰ ਤੁਸੀਂ ਟ੍ਰੇਨ ਕਰ ਰਹੇ ਹੋ ਭਾਅ ਜੀ ਮੈਨੂੰ ਇੱਥੇ ਟ੍ਰੇਨਿੰਗ ਦਿੰਦੇ ਨੂੰ 7 ਸਾਲ ਹੋ ਗਏ ਅਤੇ 7 ਸਾਲ ਦੇ ਵਿੱਚ ਕਰੀਬ ਮੇਰੇ ਕੋਲ 850-900 ਜ਼ਿਆਦਾ ਬੱਚਾ ਇੱਥੇ ਆ ਚੁੱਕਾ ਭਾਅ ਜੀ ਪਹਿਲਾਂ ਮੈਂ ਬਾਡੀ ਬਿਲਡਿੰਗ ਮੇਨ ਇਹ ਚੀਜ਼ ਹੈ ਤੁਹਾਨੂੰ ਪਹਿਲਾਂ ਡਿਸਿਪਲਿਨ 'ਚ ਰਹਿਣਾ ਆ ਜਾਂਦਾ ਰਾਈਟ ਡਿਸਿਪਲਿਨ 'ਚ ਖਾਣਾ ਪੀਣਾ ਆ ਜਾਂਦਾ ਰਾਈਟ ਆਪਣੇ ਆਪਣੇ ਸਰੀਰ ਦੀ ਤੁਸੀਂ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹੋ ਯਾਰ ਜਿਹੜੇ ਮੈਂ ਇੰਨੀ ਮਿਹਨਤ ਕਰਦਾ ਆਪਣੇ ਸਰੀਰ ਦਾ ਭਾਅ ਜੀ ਇੱਕ ਤਰ੍ਹਾਂ ਸਰਵਿਸ ਹੈ ਹੁਣ ਤੁਸੀਂ ਆਪਣਾ ਕਾਰ ਜਿਹੜੀ ਮਰਜ਼ੀ ਨਵੀਂ ਲੈ ਲਈਏ ਰਾਈਟ ਜੇ ਉਹਦੀ ਆਪਾਂ ਤੇਲ ਨਾ ਪਾਈਏ ਟਾਈਮ 'ਤੇ ਟਰਾਂਸਮਿਸ਼ਨ ਨਾਲ ਚੇਂਜ ਨਾ ਕਰਾਈਏ ਉਹਦੇ ਸਾਰੇ ਔਰਗਨ ਜਿਹੜੇ ਇੰਜਨ ਹੁੰਦੇ ਆ ਬ੍ਰੇਕਾਂ ਸਭ ਖਤਮ ਹੋ ਜਾਂਦੇ ਨੇ ਉਹੀ ਆਪਣੀ ਬਾਡੀ ਹੈ ਇਹ ਆਪਣੀ ਬਾਡੀ 'ਤੇ ਕਨਸੈਪਟ ਲੈ ਕੇ ਕਾਰਾਂ ਸਾਰੇ ਬਣੇ ਜੇ ਆਪਾਂ ਆਪਣੀ ਬਾਡੀ ਦੀ ਸਰਵਿਸ ਰੋਜ਼ ਨਹੀਂ ਕਰਾਂਗੇ ਅਖੀਰ ਜਾ ਕੇ ਡਾਊਨ ਹੋ ਜਾਣਗੀਆਂ ਦਿਸ ਇਜ਼ ਅ ਥਿੰਗ ਅਤੇ ਮੈਂ ਪਰ ਬਾਡੀ ਬਿਲਡਿੰਗ ਹੋ ਗਈ ਜਾਂ ਫਿਟਨੈਸ ਟ੍ਰੇਨਿੰਗ ਹੋ ਗਈ ਸਭ ਦਾ ਸੇਮ ਇਫੈਕਟ ਹੈ ਕਿ ਤੁਹਾਡੀ ਬਾਡੀ ਨੂੰ ਡਿਸਿਪਲਿਨ 'ਚ ਰਹਿਣਾ ਆ ਜਾਂਦਾ ਤੁਹਾਨੂੰ ਆਪਣੇ ਹੱਥੀਂ ਆਪ ਕੰਮ ਕਰਨਾ ਆ ਜਾਂਦਾ ਕਿਉਂਕਿ ਭਾਅ ਜੀ ਇਹ ਮੁਲਕ ਜਿਹੜਾ ਨਾ ਬਹੁਤ ਠੰਡਾ ਮੁਲਕ ਹੈ ਨਾ ਇੱਥੇ ਇੰਡੀਆ ਦੇ ਵਿੱਚ ਤਾਂ ਫਿਰ ਵੀ ਗਰਮੀ ਆਉਂਦੀ ਪਸੀਨਾ ਟੋਕਸਿਨ ਆਪਣੇ ਸਰੀਰ 'ਚੋਂ ਨਿਕਲ ਜਾਂਦੇ ਬੰਦਾ ਮਿਹਨਤ ਕਰਦਾ ਉਹੀ ਧੁੱਪ ਨਹੀਂ ਹੁੰਦੀ ਗਰਮੀ ਆ ਜਾਂਦੀ ਇੱਥੇ ਆ ਕੇ ਇੰਨਾ ਠੰਡਾ ਮੁਲਕ ਹੈ ਮਤਲਬ ਜਿੰਨਾ ਮਰਜ਼ੀ ਕਰੀ ਤਾਂ ਪਸੀਨਾ ਨਹੀਂ ਆਉਂਦਾ ਰਾਈਟ ਟੋਕਸਿਨ ਅੰਦਰ ਹੀ ਅੰਦਰ ਜਮ੍ਹਾਂ ਹੁੰਦੇ ਰਹਿੰਦੇ ਚਾਹੇ ਇੱਥੇ ਭਾਅ ਜੀ ਕਹਿ ਲਓ ਜਿਹੜੀ ਹਾਰਟ ਰੇਟ ਆਪਣਾ ਹਾਰਟ ਅਟੈਕ ਦੀ ਜਿਹੜੀ ਹੈਗੀ ਪ੍ਰੋਬਲਮ ਹੈ ਛੋਟੇ ਛੋਟੇ ਬੱਚੇ ਨੂੰ ਜ਼ਿਆਦਾ ਆ ਰਹੀ ਹੈ 15-16-17-18 ਦਿਨ ਨੇ ਫੈਟੀ ਬਾਹਰੋਂ ਫਾਸਟ ਜੰਕ ਫੂਡ ਖਾਈ ਜਾਣਾ ਉਹਦੇ ਕਰਕੇ ਬਹੁਤ ਪ੍ਰੋਬਲਮ ਆ ਰਹੀ ਹੈ ਮੇਰੇ ਕੋਲ ਭਾਅ ਜੀ ਇੱਕ ਮੁੰਡਾ ਹੈਗਾ ਲਾਲੀ ਹੈ ਨਾ ਉਹ ਹੀ ਜੁਆਇਨ ਮੀ ਵੈਨ ਹੀ ਵਾਸ 13 ਈਅਰਸ ਓਲਡ ਭਾਅ ਜੀ 13 ਐਂਡ ਹਾਫ ਈਅਰਸ ਓਲਡ ਲਾਈ ਉਹਦੇ ਪਾਪਾ ਦਾ ਸੈਕਰੀਫਾਈਸ ਹੈ ਉਹਦੇ ਪਾਪਾ ਨੇ ਉਹਨੂੰ ਲਗਾਤਾਰ 2.5 ਸਾਲ ਉਹਨੂੰ ਮੇਰੇ ਕੋਲ ਲਿਆਉਂਦੇ ਨੂੰ ਜਦੋਂ ਉਹ ਆਇਆ ਸੀ ਮੇਰੇ ਕੋਲ ਹੀ ਵਾਸ 120 ਪਾਊਂਡ ਹੁਣ ਉਹ 180 ਪਾਊਂਡ ਦਾ ਮੁੰਡਾ ਬਾਡੀ ਇੰਨਾ ਅੱਛਾ ਵੇਟ ਚੱਕਦਾ ਰਾਈਟ ਬਹੁਤ ਤੁਸੀਂ ਉਹ ਮੁੰਡੇ ਦੀ ਤੁਸੀਂ ਜਦੋਂ ਦੇਖੋਗੇ ਤੁਸੀਂ ਉਹਨਾਂ ਗੱਲ ਕਰੋਗੇ ਮੈਨੂੰ ਤੁਸੀਂ ਬਹੁਤ ਖੁਸ਼ ਹੋਵੋਗੇ ਜਿਹੜੇ ਇਸ ਵਕਤ ਮਾਂ ਬਾਪ ਪਰਿਵਾਰ ਅਤੇ ਬੱਚੇ ਵੇਖ ਰਹੇ ਨੇ ਪ੍ਰੋਗਰਾਮ ਉਹਨਾਂ ਨੂੰ ਮੈਸੇਜ ਦੇ ਤੌਰ 'ਤੇ ਤੁਸੀਂ ਖੁਦ ਸਪੋਰਟਸਮੈਨ ਹੋ ਇੰਨੇ ਕੰਪੀਟੀਸ਼ਨ ਤੁਸੀਂ ਲੜੇ ਨੇ ਬਹੁਤ ਅੱਛੀ ਸਾਫ਼ ਸੁਥਰੀ ਜ਼ਿੰਦਗੀ ਤੁਸੀਂ ਬਿਤਾ ਰਹੇ ਹੋ ਮੈਸੇਜ ਦੇ ਤੌਰ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਬੱਚਿਆਂ ਨੂੰ ਮਾਈਂਡ ਨਾ ਕਰਨਾ ਕੋਈ ਵੀ ਜਾਣਾ ਮੈਂ ਸਿਰਫ ਇਹ ਗੱਲ ਕਹਿਣਾ ਚਾਹੂੰਗਾ ਰਾਈਟ ਆਪਾਂ ਲੋਕ ਬਹੁਤ ਕੰਮ ਕਰਦੇ ਇੱਥੇ ਆ ਕੇ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਆਪਾਂ ਲੋਕ ਹੈ ਨਾ ਪੈਸੇ ਜੋੜ ਰਹੇ ਹਾਂ ਸਭ ਕੁਛ ਕਰਦੇ ਹਾਂ ਬੱਚਿਆਂ ਨੂੰ ਜਦੋਂ ਵੀ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਅਸੀਂ ਤਾਂ ਆਪਣੇ ਬੱਚਿਆਂ ਲਈ ਸਭ ਕੁਛ ਕਰਦੇ ਹਾਂ ਜੀ ਅਸੀਂ ਆਪਣੇ ਬੱਚੇ ਅਸੀਂ ਆਪਣੇ ਬੱਚਿਆਂ ਲਈ ਸਭ ਕੁਛ ਕਰਦੇ ਹਾਂ ਉਹਨਾਂ ਨੂੰ ਲੱਖ-ਲੱਖ ਡਾਲਰ ਵੀ ਦੇ ਦਿੰਦੇ ਪੜ੍ਹਾਈਆਂ ਵੇਲੇ ਸਭ ਕੁਝ ਉਹਨਾਂ ਵਿਆਹ 'ਤੇ ਪੈਸੇ ਵੀ ਲਾ ਦਿੰਦੇ ਹਾਂ ਪਰ ਉਹਨਾਂ ਨੂੰ ਆਪਾਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਜਿਹੜੀ ਚੀਜ਼ ਦੀ ਕਮੀ ਹੁੰਦੀ ਹੈ ਨਾ ਬੱਚਿਆਂ ਨੂੰ ਉਹੀ ਸਾਰੀ ਜ਼ਿੰਦਗੀ ਉਸ ਚੀਜ਼
नथिंग, पैसा कुछ नहीं, पैसा कभी भी आया, पैसा एक रबर बॉल है, जो मर्जी गिरो ने फिर वापस आ जाना। लेकिन जी थोड़े चाइल्ड है जो तुम जमया जमाया पालिया राइट, वो थोड़ी कच दियाँ बोलना राइट, जो एक बार हथों फिसल गई तो उन्हें टुटना ही है, उन्हें जुड़ नहीं सकना फिर। इसलिए मेरी एक रिक्वेस्ट है, टाइम दो बच्चों, ज़्यादा टाइम दो, टाइम तो ज़्यादा उन्होंने कुछ नहीं चाहिए, जो बच्चा छोटा होंगे उन्हें टाइम स्पेंड करो, वो फ्रेंड्स बनो। जो बच्चा 3 साल का होंगे 2 साल का होंगे आप उन्होंने हंसाने लिए खड़ा लिए 3 साल के बन जाने, पर जो बच्चा 15, 16, 17 साल का होंगे उदो आप 60 साल के बन जाने, नहीं तू इदा नहीं करना, तू इदा नहीं करना, उन्होंने फ्रेंड बनो ताकि उन्होंने बाहर फ्रेंड लभन की लड़ ना पवे, उन्होंने घर ही सारा कुछ मिल जाए। मेरी बस यही थोड़ा सबना प्रार्थना है, जिम ज्वाइन करो, मैं नहीं कहता इतने आओ मेरे को, जिम ज्वाइन करो बच्चों के ना, आप एक एक माँ या एक पेरेंट माँ या प्यो आप जिम जाए, उन्हें उन्हें एक्टिविटीज ध्यान रखो, उन्हें प्यार करो, उन्होंने 2-4 बारी हफ्ते एक अद्धे बारी मूवी देखो, एक अद्धे गेम कभी खेल लगे गेम खेलो, वे जाके उन्हें टाइम, कई कई लोग इदा के होंगे मैं देखे, मैं चलो मैं नाम नहीं लाऊंगा किसी, वो बच्चे उपर बैठे कंप्यूटर गेमा खेलते पता नहीं की करते हुए राइट, माँ बाप टी वी ला के बैठे हुए सवेर लाके शाम तक, जो जो बेहले टी वी ला के बैठे हुए मैं, मतलब ठीक है तुम टी वी देना बच्चों को कोल बुला लो, जो 2 प्रोग्राम तुम अपने देखते हो 2 प्रोग्राम उन्होंने पसंद ला लो, हमें उन्होंने लगे भी साढ़े माँ बाप साढ़े इंट्रस्ट लै रहे हैं, जो ये गलों नहीं देखते फिर बच्चे बहुत नहीं कोल, बच्चे कहते यार साढ़े माँ बाप साढ़े है ठीक है सू कार लैती उस थोड़ा सा सारी गलियाँ पूरा हुई हैं, यीज़ा लभन लिए बच्चे बाहर जाते हैं, जिड़ी कि बहुत स्ट्रोंग है ये, आप जो व्डे हुए हैं क्योंकि माँ बाप ऑलवेज समझते कि आप राइट है, आप भी गलत हो सकते माँ बाप भी गलत हो सकते ठीक है। मैं ही चाहूँगा बच्चे ना बच्चे बनो, बच्चे ना बच्चे बन के उन्होंने चोर न चोर ही सुधार सकता है, बच्चे ना बच्चे बच्चे की फीलिंग्स में बनाओ थोड़ी अपनी उन्होंने कहो थोड़ी उन्हें गल्ला ही मनो, फिर उन्होंने थोड़ा बैलेंस नजर आऊगा, फिर वो वाल खिंचा नजर आऊगा, तो गलत आदतों तो बच्चा रहेगा। हाँ जी थोड़ा पूरा ना की है? हाँ जी सुखपाल सिंह विर्क। सुखपाल सिंह विर्क वेरी नाइस, थोड़ा प्यार ना लाली कहें? हाँ जी लाली जिंदा कहते हैं, लाली विर्क। वेरी गुड, तो हाउ लॉन्ग कितना चेर हो गया थोड़ा बॉडी बिल्डिंग? हाँ 2 साल हो गया पूरे। अच्छा हाँ जी, तो कंपटीशन लड़ता है विचार दिल में? हाँ जी मैं चाहता हाँ बॉडी बिल्डिंग करने मे बी नैक्सट ईयर, नाले मैं नाले मेरे डैडी चाहते हैं कबड्डी भी खेलने नैक्सट ईयर, पता नहीं दोनों दोनों चंगे लगते हैं। वेरी गुड। मैं हम स्कूल भी जाना है मैं है ना, फिर मैं 10 दिन आता हाँ स्कूल तो बाद चो मंडे वेंसडे फ्राइडे 2.5 घंटे लग जाते मे बी घट मे बी ज़्यादा डिपेंडिंग, नाले पता नहीं सो जस्ट व्हेन यू डू इट अ लॉट फिर इजी हो जाता। यू स्पेंड अबाउट 2 to 3 hours एवरी डे? वेरी नाइस वेरी नाइस। ਅਤੇ ਨਵੀਨ ਜੀ ਦੇ ਇੱਕ ਹੋਰ ਸਟੂਡੈਂਟ ਜਿਹਨਾਂ ਦਾ ਨਾਂ ਚੰਨੀ ਜੀ, ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਚੰਨੀ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ ਬੋਡੀ ਬਿਲਡਿੰਗ? ਜੀ ਮੈਂ ਲਾਸਟ 7 ਈਅਰਸ ਤੋਂ ਕਰ ਰਿਹਾ। ਅੱਛਾ ਜੀ। ਹਾਂਜੀ। ਕਿੰਨਾ ਟਾਈਮ ਸਪੈਂਡ ਕਰਦੇ ਹੋ ਜਿਮ ਵਿੱਚ? 1 ਘੰਟਾ ਹੀ ਬਹੁਤ 1 hour ਜ਼ਿਆਦਾ ਸਿਰ। ਅਤੇ ਤੁਸੀਂ ਫੁੱਲ ਟਾਈਮ ਕੀ ਕਰਦੇ ਹੋ? ਫੁੱਲ ਟਾਈਮ ਮੈਂ ਜੋਬ ਕਰਦਾ ਜੀ, ਮੇਰਾ ਟਰੱਕ ਡਰਾਈਵਿੰਗ ਸਕੂਲ ਆ ਅਤੇ ਉਹ ਕਰਦਾ ਫੁੱਲ ਟਾਈਮ। ਠੀਕ। ਇਹ ਜਿਹੜੀ ਬੋਡੀ ਬਿਲਡਿੰਗ ਆ ਤੁਸੀਂ ਮਤਲਬ ਜਦੋਂ ਕਰਦੇ ਹੋ ਹਾਊ ਡੂ ਯੂ ਫੀਲ, ਤੁਹਾਨੂੰ ਆਪਣਾ ਆਪ ਕਿਹੋ ਜਿਹਾ ਲੱਗਦਾ? ਬਹੁਤ ਵਧੀਆ ਲੱਗਦਾ, ਜਿੱਦਾਂ ਬੋਡੀ ਫਿੱਟ ਰਹਿੰਦੀ ਆ ਜਦੋਂ ਤੁਹਾਨੂੰ ਵਧੀਆ ਲੱਗਦਾ, ਕੋਈ ਬਿਮਾਰੀ ਨਹੀਂ ਲੱਗਦੀ ਤੁਹਾਨੂੰ, ਅਤੇ ਭਾਅ ਜੀ ਇੰਨਾ ਵਧੀਆ ਟ੍ਰੇਨ ਕਰਦਾ, ਜਿੱਦਾਂ ਹੁਣ ਮੈਂ ਲਾਸਟ 2 ਮਹੀਨੇ ਤੋਂ ਆਇਆ ਨਹੀਂ ਜਿੰਮ 'ਚ, ਬਿਜ਼ੀ ਸੀਗਾ ਕੰਮ 'ਚ, ਪਰ ਭਾਅ ਜੀ ਨੇ ਮੇਰੀ ਬੋਡੀ ਇੱਦਾਂ ਲਾਓ ਕੀਤੀ ਮੈਨੂੰ ਇੱਕ ਵੀਕ 'ਚ ਦੁਬਾਰਾ ਵਾਪਸ ਫੇਰ ਲਿਆਉਂਦਾ। ਯੈਸ। ਅਤੇ ਕੋਈ ਕੰਪੀਟੀਸ਼ਨ ਵਗੈਰਾ ਲੜਨ ਦਾ ਵੀ ਸੋਚ ਰਹੇ ਹੋ? ਹਾਂਜੀ ਮੈਂ 2 ਸਾਲ ਪਹਿਲਾਂ ਕੰਪੀਟੀਸ਼ਨ ਭਾਅ ਜੀ ਨੇ ਲੜਾਇਆ ਸੀ ਮਿਸਟਰ ਫਿਟਨੈਸ ਦਾ, ਅਤੇ ਉਹ 'ਚ ਮੇਰਾ ਨੰਬਰ 1 ਪਲੇਸ ਆਈ ਸੀਗੀ ਜਾਂ ਮੇਰੇ ਵੇਟ ਦੇ ਵਿੱਚ। ਹਾਂਜੀ। ਅਤੇ ਹੋਰ ਜਿਹੜੇ ਇਸ ਵਕਤ ਬੱਚੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਆਪਣੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦਾ? ਮੈਂ ਇਹੀ ਕਹਿੰਦਾ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਲਾਈਕ ਜ਼ਿਆਦਾ ਨਸ਼ਿਆਂ ਦੇ ਵਿੱਚ ਪਈ ਹੋਈ ਆ, ਡਰੱਗ ਦੇ ਵਿੱਚ, ਭਾਅ ਜੀ ਦਾ ਮੇਨ ਮਕਸਦ ਇਹੀ ਆ ਵੀ ਜਿਹੜੇ ਬੱਚੇ ਆ, ਇੱਕ ਜਿੱਦਾਂ ਇੱਕ ਮੁੰਡਾ ਲਾਸਟ 2 ਮਹੀਨੇ ਪਹਿਲਾਂ ਆਇਆ ਰਹੀ, ਸੋ ਉਹ ਬਹੁਤ ਨਸ਼ੇ ਕਰਦਾ ਸੀਗਾ, ਅਤੇ ਉਹਦਾ ਪੇਰੈਂਟਸ ਉਹਨੂੰ ਇੱਥੇ ਲੈ ਕੇ ਆਏ, ਅਤੇ ਭਾਅ ਜੀ ਨੇ ਉਹਦਾ ਸਾਰਾ ਨਸ਼ਾ ਵੀ ਹਟਾਤਾ। ਜੇ ਤੁਸੀਂ ਉਹ ਮੁੰਡੇ ਨੂੰ ਇੱਥੇ ਹੁਣ ਦੇਖ ਲਵੋ, ਅੱਜ ਉਹ ਆਇਆ ਨਹੀਂ ਹੈਗਾ, ਜੇ ਤੁਸੀਂ ਉਹਨੂੰ ਹੁਣ ਦੇਖ ਲੈਂਦੇ ਯੂ ਵਿਲ ਬੀ ਸਰਪ੍ਰਾਈਜ਼। ਉਹ ਨਸ਼ਾ ਸਾਰਾ ਛੱਡਤੇ, ਉਹਦੇ ਭਾਅ ਜੀ ਨੇ ਛੱਡਾਤੇ ਆ, ਵੀ ਈਵਨ ਨੈਚੁਰਲ ਚੀਜ਼ਾਂ ਭਾਅ ਜੀ ਦੱਸਦੇ ਆ, ਵੈਜੀਟੇਰੀਅਨ ਦੱਸਦੇ, ਮੈਂ ਵੈਜੀਟੇਰੀਅਨ ਹਾਂ ਭਾਅ ਜੀ, ਵੈਜੀਟੇਰੀਅਨ ਵੇ ਦੇ ਨਾਲ ਵੀ ਸਾਨੂੰ ਸਾਰਾ ਬੋਡੀ ਵਧੀਆ ਬਣਾ ਦੇ। ਸੋ ਦਰਸ਼ਕਾਂ ਅੱਗੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ, ਬੁਰੇ ਕੰਮਾਂ ਤੋਂ ਦੂਰ ਰੱਖਣ ਲਈ ਜਿਹੜੀ ਸਪੋਰਟਸ ਹੈ ਔਰ ਖਾਸ ਕਰਕੇ ਵੇਟ ਲਿਫਟਿੰਗ ਜਾਂ ਬੋਡੀ ਬਿਲਡਿੰਗ ਹੈ ਬਹੁਤ ਜ਼ਰੂਰੀ ਹੈ। ਥੋੜ੍ਹਾ ਬਹੁਤ ਇਹਨਾਂ ਵੱਲ ਧਿਆਨ ਦੇ ਕੇ ਜਿਮ ਵਿੱਚ ਟਾਈਮ ਸਪੈਂਡ ਕਰਾਓ ਇਹਨਾਂ ਦੀਆਂ, ਇਹਨਾਂ ਨੂੰ ਸਪੋਰਟਸ ਜੁਆਇਨ ਕਰਾਓ, ਔਰ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਸਾਡੀ ਜ਼ਿੰਦਗੀ ਵਾਸਤੇ। ਥੈਂਕ ਯੂ ਸੋ ਮੱਚ ਚੰਨੀ। ਹਾਂਜੀ ਤੁਹਾਡਾ ਕੀ ਨਾਂ ਹੈ ਜੀ? ਮੇਰਾ ਨਾਂ ਰੁਪਿੰਦਰ ਹੈ ਜੀ। ਤੁਸੀਂ ਇਸ ਜਿਮ ਵਿੱਚ ਕਿੰਨੀ ਦੇਰ ਤੋਂ ਆ ਰਹੇ ਹੋ? ਆਲਮੋਸਟ 3 to 4 ਸਾਲ ਹੋ ਜਾਣੇ ਆ। ਹਾਂਜੀ। ਅਤੇ ਤੁਸੀਂ ਇੱਥੇ ਬੋਡੀ ਬਿਲਡਿੰਗ ਵੇਟ ਲਿਫਟਿੰਗ ਕੀ ਕਰਦੇ ਹੋ? ਹਾਂਜੀ ਮੈਂ ਟ੍ਰੇਨਿੰਗ ਦਿੰਦੇ ਮੈਨੂੰ ਨਵੀਨ ਤੋਂ, ਹਾਂਜੀ ਮੈਂ ਟ੍ਰੇਨਿੰਗ ਲੈਂਦੀ ਹਾਂ, ਅਤੇ ਉਹਨਾਂ ਨੇ ਉਹ ਆਪਣੇ ਹਿਸਾਬ ਦੇ ਰਿਕਾਰਡਿੰਗ ਕਰਾਉਂਦੇ ਆ ਮੈਨੂੰ। ਹਾਂਜੀ। ਕਿਉਂਕਿ ਸਾਡੀਆਂ ਬੇਸਿਕਲੀ ਇੰਡੀਅਨ ਲੇਡੀਜ਼ ਵਿੱਚ ਬੜੀ ਪ੍ਰੋਬਲਮ ਹੈ, ਓਵਰ ਵੇਟ ਹੋ ਜਾਂਦੀਆਂ ਨੇ, ਔਰ ਮਤਲਬ ਆਪਣਾ
ਕੰਮਾਂ ਵਿੱਚ ਬਿਜ਼ੀ ਹੋਣ ਕਰਕੇ ਆਪਣਾ ਖਿਆਲ ਨਹੀਂ ਰੱਖਦੀਆਂ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ? ਦੇਖੋ ਜੀ, ਕੰਮਾਂ ਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਤੁਹਾਡੀ ਸਿਹਤ ਤਾਂ ਸਭ ਤੋਂ ਪਹਿਲਾਂ, ਰਾਈਟ? ਅਗਰ ਸਿਹਤ ਨਹੀਂ ਤੁਹਾਡੀ ਠੀਕ ਹੈਗੀ ਤਾਂ ਕੰਮ ਕਰ ਤਾਂ ਇੱਥੇ ਸਾਰੀ ਜ਼ਿੰਦਗੀ ਚੱਲਦੇ ਹੀ ਰਹਿਣੇ ਆ ਨਾਲ ਦੀ ਨਾਲ, ਅਤੇ ਸਿਹਤ ਤੁਹਾਡੀ ਪਹਿਲੇ ਨੰਬਰ 'ਤੇ ਆਉਂਦੀ ਆ। ਆਪਣੀ ਕੰਮਾਂ ਕਾਰਾਂ ਦੇ ਨਾਲ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਿਹਤ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹਾਂਜੀ, ਅਤੇ ਹਰ ਇੱਕ ਨੂੰ ਜਿੰਮ ਵਗੈਰਾ ਜ਼ਰੂਰ ਰੱਖਣੀ ਚਾਹੀਦੀ ਆ। ਔਰ ਜਿੰਨੀਆਂ ਵੀ ਸਾਡੀ ਲੇਡੀਜ਼ ਨੇ, ਮਤਲਬ ਇਹਨਾਂ ਅੱਗੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੀ ਤੰਦਰੁਸਤੀ ਤੁਹਾਡੀ ਆਪਣੀ ਤੁਹਾਡੇ ਆਪਣੇ ਹੱਥ ਵਿੱਚ ਹੁੰਦੀ ਹੈ, ਔਰ ਸਿਰਫ ਇਹ ਵੇਟ ਲਿਫਟਿੰਗ ਜਾਂ ਬੋਡੀ ਬਿਲਡਿੰਗ ਬੰਦਿਆਂ ਲਈ ਹੀ ਨਹੀਂ, ਇਹ ਸਾਰਿਆਂ ਲਈ ਹੈ, ਯੂਨੀਵਰਸਲ ਹੈ। ਸੋ ਤੁਸੀਂ ਵੀ ਘਰਾਂ ਵਿੱਚੋਂ ਨਿਕਲ ਕੇ ਕੁਛ ਟਾਈਮ ਜਿਮ ਵਿੱਚ ਸਪੈਂਡ ਕਰੋ ਤਾਂ ਯੂ ਵਿਲ ਫੀਲ ਮੱਚ ਬੈਟਰ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਗੁਰਦਾਸ ਮਾਨ, ਤੁਸੀਂ ਦੇਖ ਰਹੇ ਹੋ ਪੰਜਾਬੀ ਧੜਕਣ। ਦੇਖਦੇ ਰਹੋ, ਆਨੰਦ ਮਾਣਦੇ ਰਹੋ। ਚਰਖਾ ਕੱਤ ਕੁੜੀਏ ਕਿਤੇ ਤੰਦ ਨਾ ਵਲੇਟੀ ਜਾਵੇ। ਰਿਵਾਜ ਰਾਮ ਜੀ ਆ ਗਏ, ਮਾਵਾ ਠੁਣੀਆਂ ਰਾਮ ਜੀ ਆ ਗਏ, ਠੁਣੀਆਂ ਰਾਮ ਜੀ ਆ ਗਏ, ਕਹਿੰਦਾ ਠੁਣੀਆਂ ਰਾਮ ਜੀ ਆ ਗਏ। ਆ ਜੀ ਪ੍ਰੋਗਰਾਮ ਦੇਖਣ ਵਾਲੇ ਨੂੰ ਠੁਣੀਆਂ ਰਾਮ ਮਿਲੋ, ਸਤਿ ਸ਼੍ਰੀ ਅਕਾਲ, ਤੇ ਬੀਬਾ ਜੀ ਤੁਹਾਨੂੰ ਵੀ। ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਲਿਵਲੀਨ ਵੱਲੋਂ ਸਤਿ ਸ਼੍ਰੀ ਅਕਾਲ ਤੇ ਠੁਣੀਆਂ ਰਾਮ ਜੀ। ਹਾਂ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ, ਤੇ ਇਸ ਦੇ ਨਾਲ ਨਾਲ ਲੋਹੜੀ ਦੀ ਬਹੁਤ ਬਹੁਤ ਮੁਬਾਰਕ ਹੋਏ ਠੁਣੀਆਂ ਰਾਮ ਜੀ। ਵੇਖੋ ਜੀ, ਗੱਲ ਇਹ ਆ ਜੀ, ਉਧਰੋਂ ਕ੍ਰਿਸਮਸ ਗਈ ਜੀ ਜੀ ਜੀ, ਤੇ ਇਧਰੋਂ ਲੋਹੜੀ ਆ ਗਈ। ਬਿਲਕੁਲ ਜੀ, ਹੈ ਤਾਂ ਮਤਲਬ ਆਪਣੇ ਤਾਂ ਚੱਲਦੇ ਹੀ ਰਹਿੰਦੇ ਰੀਤੀ ਰਿਵਾਜ। ਬਿਲਕੁਲ ਠੁਣੀਆਂ ਰਾਮ ਜੀ, ਔਰ ਦੇਖ ਲਓ ਆਪਣਾ ਸਾਲ ਨਵਾਂ ਚੜਿਆ, ਦੂਸਰਾ ਹਫਤਾ ਵੀ ਉਸਦਾ ਆ ਗਿਆ। ਲੈ ਬੀਬਾ, ਤੂੰ ਮੈਂ ਦੱਸ ਲੱਗਣੇ, ਦੇਖੀ ਵਿਸਾਖੀ ਆਈ ਤੇ ਨਾਲ ਹੀ ਸਮਰ ਆਈ, ਨਾਲ ਮੁੜ ਕੇ ਫੇਰ ਕ੍ਰਿਸਮਸ ਆਈ। ਇਹ ਮਤਲਬ ਇਹ ਬਹੁਤ ਟਾਈਮ ਨਹੀਂ ਲੱਗਦਾ। ਮੈਂ ਕਹਿੰਦੀ ਆ ਤੁਸੀਂ ਮੇਰੀ ਸਾਰੀ ਉਮਰ ਫਲੈਸ਼ ਕਰਵਾ ਦਿੰਦੇ। ਬਿਲਕੁਲ ਬਿਲਕੁਲ ਜੀ ਜੀ ਜੀ। ਤੇ ਵੇਖੋ ਆ ਪਿੱਛੇ ਜੇ ਬੀਬੀਆਂ ਨੇ ਕੁੜੀਆਂ ਨੇ ਰਲ ਕੇ ਕੀਤਾ ਸੀ ਲੋਹੜੀ ਫੋਰ ਗਰਲਸ ਕੀਤਾ ਸੀਗਾ। ਅੱਛਾ ਜੀ, ਤਾਂ ਹੁਣ ਤਾਂ ਸਾਰੇ ਰਲ ਮਿਲ ਕੇ ਲੋਹੜੀਆਂ ਮਨਾਉਂਦੇ ਆ, ਚਾਹੇ ਲੜਕੀ ਹੋਵੇ ਤੇ ਚਾਹੇ ਲੜਕਾ ਹੋਵੇ। ਗੱਲ ਦਰੁਸਤ ਠੁਣੇ ਰਾਮ ਜੀ, ਪਰ ਇਹ ਹੈਗਾ ਠੁਣੇ ਰਾਮ ਜੀ, ਮੈਨੂੰ ਜਿਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਕਿ ਬੇਸ਼ੱਕ ਤੁਸੀਂ ਲੋਹੜੀ ਦੀ ਲੜਕੀ ਦੀ ਮਨਾ ਲਓ, ਲੜਕੇ ਦੀ ਮਨਾ ਲਓ, ਉਹ ਤਾਂ ਚਲੋ ਤੁਹਾਡੀ ਆਪਣੀ ਇੱਛਾ ਹੈਗੀ ਹੈ, ਲੇਕਿਨ ਜਿਹੜੀ ਮਾਨਸਿਕਤਾ ਹੈ, ਅਗਰ ਤੁਹਾਡੀ ਮਾਨਸਿਕਤਾ ਚੇਂਜ ਨਹੀਂ ਹੁੰਦੀ, ਅਗਰ ਤੁਹਾਡੀ ਔਰਤਾਂ ਦੇ ਪ੍ਰਤੀ ਉਹਨਾਂ ਦੀ ਰਿਸਪੈਕਟ ਜਾਂ ਲੜਕੀਆਂ ਦੇ ਪ੍ਰਤੀ ਜੋ ਤੁਹਾਡੇ ਖਿਆਲਾਤ ਨੇ, ਅਗਰ ਉਹ ਚੇਂਜ ਨਹੀਂ ਹੁੰਦੇ, ਫਿਰ ਇਹ ਤੇ ਸੁਣੀ ਰਾਮ ਜੀ ਇੱਕ ਰੀਤੀ ਰਿਵਾਜ਼ ਨੇ, ਫੰਕਸ਼ਨ ਨੇ, ਜਿੰਨੇ ਮਰਜ਼ੀ ਕਰੀ ਜਾਓ, ਕਾਗਜ਼ੀ ਕਾਰਵਾਈ ਆ, ਕਾਗਜ਼ੀ ਕਾਰਵਾਈ ਨਹੀਂ ਰਹਿ ਜਾਂਦੀ ਆ ਜੀ ਜੀ। ਜਿੱਦਾਂ ਆਪਣੇ ਇੰਡੀਆ 'ਚ ਕਾਗਜ਼ਾਂ 'ਚ ਸਾਰੇ ਪੁਲ ਬਣੇ ਹੋ ਆ ਜੀ, ਜਦੋਂ ਜਾਓ ਤਾਂ ਬੰਦਾ ਉੱਥੇ ਗਾਰੇ 'ਚ ਫਸ ਜਾਂਦਾ। ਸੋ ਜਦ ਤੱਕ ਅੰਦਰੋਂ ਨਹੀਂ ਧੋਦੇ, ਬਿਲਕੁਲ, ਉਦੋਂ ਤੱਕ ਨਹੀਂ ਗੱਲ ਬਣਦੀ, ਉਦੋਂ ਤੱਕ ਗੱਲ ਨਹੀਂ ਬਣਦੀ। ਔਰ ਅਸੀਂ ਸੁਣੀ ਰਾਮ ਜੀ, ਐਕਚੁਲੀ ਮੈਨੂੰ ਪਰਸਨਲੀ ਤੇ ਅੱਛਾ ਲੱਗਦਾ ਕਿ ਅਗਰ ਕੋਈ ਰੀਤੀ ਰਿਵਾਜ਼ ਸਿਰਫ ਕੁੜੀਆਂ ਵਾਸਤੇ ਨੇ, ਅਗਰ ਜਾਂ ਕੋਈ ਰੀਤੀ ਰਿਵਾਜ਼ ਸਿਰਫ ਮੁੰਡਿਆਂ ਵਾਸਤੇ ਨੇ, ਜੇ ਸਾਡੀ ਆਪਣੀ ਅੰਦਰੋਂ ਸਾਨੂੰ ਲੱਗਦਾ ਕਿ ਦੋਨੋਂ ਬਰਾਬਰ ਨੇ, ਦੋਨਾਂ 'ਚ ਫਰਕ ਨਹੀਂ ਹੈ, ਤੇ ਫਿਰ ਸਾਡੇ ਮਨ 'ਚ ਇਹ ਵਿਚਾਰ ਆਏਗਾ ਹੀ ਨਹੀਂ ਕਿ ਇਹ ਕੁੜੀ ਦਾ ਹੈ ਜਾਂ ਇਹ ਮੁੰਡੇ ਦਾ। ਬਿਲਕੁਲ। ਔਰ ਫਿਰ ਠੁਣੀ ਰਾਮ ਜੀ, ਤੁਸੀਂ ਦੇਖਿਆ ਹੋਣਾ ਕਿ ਜੇ ਕੋਈ ਪੁੱਲਾ ਪਟਕਾ ਲੋਹੜੀ ਮਨਾਉਂਦਾ ਹੈ ਕੁੜੀਆਂ ਦੀ, ਤੇ ਇੰਨੀ ਵਾਰੀ ਸੁਣਾਉਣਗੇ ਉਸ ਚੀਜ਼ ਨੂੰ, ਅਸਤੇ ਜੀ ਆਪਣੀ ਕੁੜੀ ਦੀ ਲੋਹੜੀ ਮਨਾਈ, ਅਸਤੇ ਜੀ ਕੁੜੀ ਜੰਮੀ, ਬਰਫੀ ਦਿੱਤੀ ਜੀ, ਅਸੀਂ ਫਲਾਣਾ ਕੀਤਾ। ਅਰੇ ਭਾਈ, ਕਿਉਂ ਸੁਣਾ ਰਹੇ ਹੋ ਬਾਰ ਬਾਰ, ਕਿਸ ਨੂੰ ਸੁਣਾ ਰਹੇ ਹੋ? ਸਿੱਧਾ ਕਹੋ ਜੀ, ਬੱਚੇ ਦੀ ਬੜੀ ਖੁਸ਼ੀ, ਬੱਚੇ ਦੀ ਬੜੀ ਖੁਸ਼ੀ ਨੀ, ਕੁੜੀ ਕੁੜੀ ਦੀ, ਬਸ ਉਸ ਨੂੰ ਵਿਚਾਰੇ ਨੂੰ ਨਾ ਸੁਣਾ। ਦੇਖੋ ਜੀ, ਦਾਤਾ ਦੀਆਂ ਮੇਰਾ ਨੇ, ਕੁਦਰਤ ਦੇ ਤੋਹਫੇ ਨੇ, ਫਲ ਨੇ, ਇਹ ਮੇਰੇ ਨੇ, ਇਹ ਜਿਹੜੇ ਬੱਚੇ ਆ ਬਸ ਸਾਰੀ ਤੰਦਰੁਸਤ ਰਹੇ। ਬਿਲਕੁਲ। ਔਰ ਰਾਮ ਜੀ, ਕਿ ਜਦੋਂ ਤੁਸੀਂ ਬਾਰ ਬਾਰ ਜਾਂ ਅਸੀਂ ਜਦੋਂ ਬਾਰ ਬਾਰ ਇੱਕ ਲੜਕੀ ਨੂੰ ਜਿਤਾਉਂਦੇ ਹਾਂ ਜਿਸ ਤੇਰੇ ਵਾਸਤੇ ਬਹੁਤ ਅੱਛਾ ਕਰ ਰਹੇ ਹਾਂ ਜਾਂ ਕਰ ਰਹੇ ਹਾਂ, ਅਸੀਂ ਉਸਨੂੰ ਇਹ ਅਹਿਸਾਸ ਦਿਵਾਉਂਦੇ ਹਾਂ ਫਿਰ ਬਾਰ ਬਾਰ ਕਿ ਫਰਕ ਹੈ, ਅਸੀਂ ਬਹੁਤ ਡਿਫਰੈਂਟ ਕਰ ਰਹੇ ਹਾਂ, ਫਰਕ ਕੋਈ ਨਹੀਂ, ਸਾਰਾ ਬਰਾਬਰ ਹੀ ਆ। ਬਿਲਕੁਲ। ਔਰ ਤੁਸੀਂ ਜਿਹੜੀ ਤੰਦਰੁਸਤੀ ਦੀ ਗੱਲ ਕੀਤੀ ਨਾ ਬੱਚਿਆਂ ਦੀ, ਜਿਹੜਾ ਤੁਸੀਂ ਇਸ ਤੋਂ ਪਹਿਲੇ ਪ੍ਰੋਗਰਾਮ ਦੇਖਿਆ, ਆ ਕਾਕਾ ਦੇਖਿਆ ਮਿਸਟਰ ਇੰਡੀਆ ਜੀ, ਤੇ ਬੜਾ ਤੰਦਰੁਸਤ ਕਾਕਾ, ਰਾਜੀ ਖੁਸ਼ੀ ਰਹੇ, ਇੱਥੇ ਹੁਣ ਟ੍ਰੇਨਿੰਗ ਵੀ ਦਿੰਦਾ ਹੈ ਬੱਚਿਆਂ ਨੂੰ। ਬਿਲਕੁਲ ਜੀ। ਔਰ ਵੈਸੇ ਸੁਣਿਆ ਜੀ, ਦੇਖੋ ਇਹ ਹੈ ਕਿ ਉਹਨਾਂ ਨੇ ਕਾਫੀ ਗੱਲਬਾਤ ਕੀਤੀ ਆਪਣੇ ਖਾਣੇ ਪੀਣੇ ਦੀ, ਤੰਦਰੁਸਤੀ ਦੀ, ਐਕਸਰਸਾਈਜ਼ ਦੀ, ਇਹ ਪਰ ਇਹ ਠੁਣੇ ਰਾਮ ਜੀ, ਕਿ ਜਿਹੜਾ ਸਾਡਾ ਅੱਜ ਕੱਲ੍ਹ ਦਾ ਇੱਕ ਜੀਵਨ ਹੈ ਨਾ, ਜਿਹੜਾ ਸਾਡਾ ਇੱਕ ਦਿਨ ਪ੍ਰਤੀ ਦਿਨ ਜਿਹੜਾ ਅਸੀਂ ਇੰਨੇ ਬਿਜ਼ੀ ਰਹਿੰਦੇ ਹਾਂ, ਜਿਹੜੀ ਬੂਸ਼ ਨੂੰ ਅੱਗ ਲੱਗੀ ਹੈ, ਸਿੱਧੀ ਗੱਲ ਕਰਦਾ ਤੂੰ, ਜਿਹੜਾ ਲਾਈਫ ਸਟਾਈਲ ਹੈ, ਉਹਦੇ ਵਿੱਚ ਨਾ ਕਈ ਵਾਰੀ ਅੱਛਾ ਖਾਣਾ ਖਾਣਾ ਜਾਂ ਅੱਛਾ ਖਾਣਾ ਬਣਾਉਣਾ, ਹਾਂਜੀ, ਇਹ ਬੜੀ ਪ੍ਰੋਬਲਮ ਹੁੰਦੀ ਹੈ। ਬਹੁਤ ਬਣਾਉਣਾ ਪ੍ਰੋਬਲਮ ਹੈ ਜੀ, ਖਾਣਾ ਤਾਂ ਨਹੀਂ ਪ੍ਰੋਬਲਮ, ਇੱਥੇ ਕੋਈ ਬਣਾ ਕੇ ਨਹੀਂ ਰਾਹ ਜੀ। ਪ੍ਰੋਬਲਮ ਇਹ ਹੈ ਕਿ ਦੇਖੋ, ਜਿੰਨਾ ਮਰਜ਼ੀ ਕੋਈ ਕਹਿ ਲੇ, ਔਰ ਮੈਨੂੰ ਪਤਾ ਕਿ ਜਿਹੜੇ
ਕਾਫੀ ਪ੍ਰੋਗਰਾਮ ਸੁਣ ਰਹੇ ਨੇ ਉਹ ਕਹਿੰਦੇ ਨਹੀਂ ਜੀ ਨਹੀਂ ਇਸ 'ਤੇ ਕਰ ਸਕਦੇ ਹਾਂ ਜੀ ਫਲਾਣਾ ਹੁੰਦਾ ਲੇਕਿਨ ਮੈਜੋਰਿਟੀ ਇਹੀ ਹੈ ਕਿ ਜਦੋਂ ਤੁਸੀਂ ਸਵੇਰ ਸਵੇਰ ਉੱਠ ਕੇ ਕੰਮ 'ਤੇ ਜਾਂਦੇ ਹੋ 6 ਵਜੇ ਉਸ ਵਕਤ ਨਾ ਤਾਂ ਖਾਣ 'ਤੇ ਮਨ ਕਰਦਾ ਬਾਏ ਦਾ ਟਾਈਮ ਯੂ ਕਮ ਹੋਮ ਇੰਨੇ ਥੱਕੇ ਹੁੰਦੇ ਹੋ ਕਿ ਕੁਛ ਬਣਾਉਣ 'ਤੇ ਮਨ ਨਹੀਂ ਕਰਦਾ ਬਿਲਕੁਲ ਬਿਲਕੁਲ ਫਿਰ ਉਹ ਹੀ ਆਪਣਾ ਯੂ ਨੋ ਮੈਂ ਕਿਸੇ ਦੇ ਘਰ ਗਿਆ ਉੱਥੇ ਬੈਠਾ ਤਾਂ ਉਹਨਾਂ ਦੀ ਬੇਟੀ ਸੀਗੀ ਆਪਣੇ ਹੋਣੀ 17-18 ਸਾਲਾਂ ਦੀ ਅਤੇ ਉਹ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਅੱਜ ਕੁਛ ਨਹੀਂ ਖਾਣਾ ਉਹ ਕਹਿੰਦੀ ਪੁੱਤ ਕਾਹਤੇ ਕਹਿੰਦੀ ਨਹੀਂ ਤਾਂ ਫਿਰ ਬਣਾਉਣਾ ਪੈਣਾ ਹੈ ਉਹ ਕਹਿੰਦੇ ਇਹਦੇ ਨਾਲ ਬਰਤਨ ਹੀ ਰੱਖ ਲਓ ਔਰ ਸਿਰਫ ਬਣਾਉਣਾ ਹੀ ਨਹੀਂ ਹੈ ਨਾ ਫਿਰ ਬਰਤਨ ਸਾਰੇ ਸਾਫ਼ ਕਰੋ ਬਰਤਨ ਫਿਰ ਕਿਚਨ ਸਾਰੇ ਸਾਫ਼ ਕਰੋ ਔਰ ਐਕਸਰਸਾਈਜ਼ ਤੇ ਜਾਣਾ ਕਿਹੜਾ ਆਸਾਨ ਹੈ ਪਹਿਲੇ ਤਾਂ ਕੱਪੜੇ ਲੱਭੋ ਹਾਂਜੀ ਜਿਹੜੇ ਐਸੇ ਉੱਥੇ ਪਾਣੇ ਨੇ ਫਿਰ ਐਸੇ ਲੱਭੋ ਕਿ ਤੁਹਾਡਾ ਸਾਰਾ ਜਿਹੜੇ ਤੁਹਾਡੇ ਸਾਰੇ ਆਪਣੇ ਹੋਰ ਫੋਲਡਸ ਹੈਗੇ ਨੇ ਉਹਨਾਂ ਦੱਸਣ ਹੁਣ ਸਾਰੇ ਤਾਂ ਮਿਸਟਰ ਇੰਡੀਆ ਵਰਗੇ ਤਾਂ ਨਹੀਂ ਲੱਗ ਸਕਦੇ ਨਾ ਗੱਲ ਇਹ ਆ ਬੀਬਾ ਜਿਹੜੀ ਨਾ ਡਿਟਰਮੀਨੇਸ਼ਨ ਵਾ ਪੱਕਾ ਇਰਾਦਾ ਜਿਹਨੂੰ ਕਹਿੰਦੇ ਆ ਉਹ ਨਹੀਂ ਹੈਗਾ ਇਟਰ ਗਾ ਉਹ ਮਤਲਬ ਬੜਾ ਘਾਟ ਉਸ ਚੀਜ਼ ਦੀ ਮੇਰੇ 'ਚ ਤਾਂ ਬਿਲਕੁਲ ਨਹੀਂ ਹੈਗਾ ਆਪਾਂ ਕਿਉਂਕਿ ਸ਼ੁਰੂ ਕਰੀਦਾ ਕੰਮ 4-5-7 ਦਿਨ ਕਰਕੇ ਫਿਰ ਢੇਰੀ ਢਾ ਦੇ ਦੀ ਛੱਡ ਪਰਾ ਕੀ ਕਰੀ ਜਾਣਾ ਹੈ ਸਾਡੇ ਬੱਚੇ ਨੇ ਸਪੈਸ਼ਲੀ ਜਿਹੜੇ ਸਾਡੀਆਂ ਬੱਚੀਆਂ ਹੈਗੀਆਂ ਉਹ ਜਦੋਂ ਇਹ 0 ਫਿਗਰ ਦੇਖਦੀਆਂ ਹੈਗੀਆਂ ਮਾਡਲਸ ਦੀਆਂ ਤੇ ਉਹ ਉਸ ਕਰਕੇ ਵੀ ਉਹਨਾਂ ਦੇ ਮਨ 'ਚ ਇਹ ਰਹਿੰਦਾ ਕਿ ਜਿੰਨਾ ਘੱਟ ਖਾਓ ਕਿਉਂਕਿ ਐਕਸਰਸਾਈਜ਼ ਤਾਂ ਕੋਈ ਕਰਨਾ ਨਹੀਂ ਚਾਹੁੰਦਾ ਬਿਲਕੁਲ ਲੇਕਿਨ ਡਾਇਟਿੰਗ ਜਿਹੜੀ ਹੈ ਉਹ ਜਦੋਂ ਤੁਸੀਂ ਜਵਾਨ ਹੁੰਦੇ ਹੋ ਉਦੋਂ ਤੁਸੀਂ ਕਰ ਸਕਦੇ ਹੋ ਉਦੋਂ ਖਾਣਾ ਪੀਣ ਦਾ ਕੋਈ ਇੰਨਾ ਦਿਲ ਨਹੀਂ ਆਉਂਦਾ ਪਰ ਇਹ ਤਾਂ ਬਾਅਦ 'ਚ ਅਸਰ ਹੁੰਦਾ ਜੀ ਨਾ ਖਾਣਾ ਪੀਤੇ ਦਾ ਉਹ 0 ਫਿਗਰ ਦਾ ਵੀ ਜਿਹੜਾ ਚੱਕਰ ਹੈ ਨਾ ਉਹ ਵੀ ਜਿਹੜਾ ਬੱਚਿਆਂ ਨੂੰ ਨਹੀਂ ਖਾਣ ਦਿੰਦਾ ਬਿਲਕੁਲ 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 ਸੋ ਦੇਖੋ ਜੀ ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ ਅੱਗੇ ਵੀ ਆਪਾਂ ਕਿਹਾ ਵੀ ਇਹਨੂੰ ਜਿੰਨਾ ਆਪਾਂ ਵਧੀਆ ਤਰੀਕੇ ਨਾਲ ਖਾ ਪੀ ਕੇ ਤੰਦਰੁਸਤ ਵਾਲੀ ਜਿਹੜੀ ਤੰਦਰੁਸਤੀ ਵਾਲੀ ਲਾਈਫ ਆ ਜੀ ਜੀ ਬੀਬਾ ਉਹ ਤਾਂ ਕਮਾਲ ਦੀ ਆ ਕਿਉਂਕਿ ਤੰਦਰੁਸਤੀ ਨਾ ਹੋਵੇ ਤਾਂ ਜਾਨ ਨਹੀਂ ਤਾਂ ਜਹਾਨ ਨਹੀਂ ਸਿਆਣੇ ਕਹਿ ਗਏ ਤੁਹਾਡੀ ਗੱਲ ਦਰੁਸਤ ਹੈਗੀ ਠੁਨੇ ਰਾਮ ਜੀ ਸੋ ਜਿਹੜੇ ਤੁਸੀਂ ਸਾਡਾ ਪ੍ਰੋਗਰਾਮ ਹੁਣੇ ਦੇਖਿਆ ਪਹਿਲੇ ਉਹਨਾਂ ਤੋਂ ਵੀ ਸਿੱਖ ਲਓ ਤੇ ਸਾਡਾ ਤੇ ਖੈਰ ਕੰਮ ਹੀ ਹੈ ਯੂ ਨੋ ਕੋਈ ਨਾ ਕੋਈ ਸਿੱਖ ਦੇ ਦਰਾਂ ਅਸੀਂ ਤਾਂ ਬੋਲੀ ਜਾਣਾ ਜੀ ਅਸੀਂ ਤਾਂ ਹਰੇਕ ਹਫ਼ਤੇ ਆ ਕੇ ਬੋਲੀ ਜਾਣਾ ਜਦ ਤੱਕ ਸਾਡੇ ਐਡਾ ਜਾਨ ਹੈ ਜੀ ਠੀਕ ਹੈ ਜੀ ਤਾਂ ਬੀਬਾ ਤੈਨੂੰ ਸ਼ੁਗਰ ਦੀ ਗੱਲ ਦੱਸਾਂ ਜੀ ਤੇ ਰੱਬ ਤੇਰਾ ਭਲਾ ਕਰੇ ਜ਼ਰੂਰ ਕਰੇ ਜੀ ਕੋਈ ਨਾ ਬੜੇ ਸੰਤ ਮਹਾਤਮਾ ਆਪਣੇ ਆਪ ਨੂੰ ਕਹਿੰਦਾ ਅੱਛਾ ਜੀ ਤੇ ਉਹ ਆਪਣੇ ਚੇਲਿਆਂ ਨੂੰ ਦੱਸ ਰਿਹਾ ਸੀ ਸਿੱਖਿਆ ਦੇ ਰਿਹਾ ਸੀ ਜੀ ਉਹ ਕਹਿੰਦਾ ਦੇਖੋ ਇਹ ਜੋ ਖੁਸ਼ੀ ਹੈ ਇਹ ਜ਼ਿੰਦਗੀ ਮੇਂ ਕਭੀ ਕਭੀ ਆਤੀ ਹੈ ਦਰੁਸਤ ਹੈ ਗਮ ਤੋ ਹਮਾਰੇ ਸਾਥ ਰਹਿਤਾ ਹੈ ਗਮ ਹਮੇਸ਼ਾ ਹਮਾਰੇ ਸਾਥ ਰਹਿਤਾ ਹੈ ਸੋ ਇਸੇ ਘਬਰਾਨਾ ਨਹੀਂ ਖੁਸ਼ੀ ਕਭੀ ਆਤੀ ਹੈ ਕਭੀ ਚਲੀ ਜਾਤੀ ਹੈ ਇੱਕ ਭਗਤ ਉੱਠਿਆ ਕਹਿੰਦਾ ਮਹਾਰਾਜ ਆਪ ਬਿਲਕੁਲ ਸੱਚ ਬੋਲ ਰਹੇ ਹੋ ਬਹੁਤ ਅੱਛਾ ਕਹਾ ਆਪਨੇ ਉਹ ਕਹਿੰਦਾ ਚੇਲੇ ਨੂੰ ਇਹ ਆਪਨੇ ਕੈਸੇ ਬੋਲਾ ਆਪਕੋ ਕੋਈ ਐਕਸਪੀਰੀਅੰਸ ਹੈ ਕਹਿੰਦਾ ਜੀ ਹਾਂ ਹੈ ਦੇਖੋ ਨਾ ਜੋ ਗਮ ਹੈ ਹਮਾਰੇ ਸਾਥ ਹਮੇਸ਼ਾ ਰਹਿਤਾ ਹੈ ਉਹ ਕਹਿੰਦਾ ਮੇਰੀ ਪਤਨੀ ਮੇਰੇ ਸਾਥ ਹਮੇਸ਼ਾ ਰਹਿਤੀ ਹੈ ਔਰ ਉਸਕੀ ਸਹੇਲੀ ਜੋ ਖੁਸ਼ੀ ਹੈ ਉਹ ਕਭੀ ਕਭੀ ਆਤੀ ਹੈ ਔਰ ਚਲੀ ਜਾਤੀ ਹੈ ਉਹਦੀ ਤਾਰ ਦੇਖੋ ਕਿੱਥੇ ਜੁੜ ਗਈ ਇੱਦਾਂ ਦੀਆਂ ਗੱਲਾਂ ਬਾਤਾਂ ਬੀਬਾ ਜੈਸੀ ਜਿਸਕੀ ਜੁੱਤ ਸੋਚ ਬਿਲਕੁਲ ਤੇ ਬੀਬਾ ਚਲੀਏ ਫਿਰ ਅਸੀਂ ਚਲੀਏ ਜੀ ਟਾਈਮ ਹੋ ਗਿਆ ਇਜਾਜ਼ਤ ਲਈਏ ਫਿਰ ਬਿਲਕੁਲ ਜੀ ਲੋਹੜੀ ਦੀ ਮੁਬਾਰਕ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ ਮੈਂ ਅਕਸਰ ਜਾਣ ਤੋਂ ਪਹਿਲਾਂ ਗੁਜ਼ਾਰਿਸ਼ ਕਰਦਾ ਆਪਣੇ ਬਿਜ਼ਨਸਮੈਨ ਵੀਰ ਸਕੇ ਕਿ ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਿੰਗ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਫੋਨ 'ਤੇ ਗੱਲਬਾਤ ਕਰਕੇ ਇਸ ਸੰਬੰਧ ਵਿੱਚ ਜਾਣਕਾਰੀ ਮੇਰੇ ਤੋਂ ਲੈ ਸਕਦੇ ਹੋ ਕਿਉਂਕਿ ਇਹ ਜੋ ਕਮਿਊਨਿਟੀ ਪ੍ਰੋਗਰਾਮਸ ਨੇ ਇਹ ਤੁਹਾਡੇ ਸਹਿਯੋਗ ਨਾਲ ਹੀ ਚੱਲ ਸਕਦੇ ਨੇ ਅਤੇ ਔਰ ਸਾਨੂੰ ਸਾਡੇ ਬਿਜ਼ਨਸਮੈਨ ਵੀਰਾਂ ਦਾ ਸਹਿਯੋਗ ਜ਼ਰੂਰ ਚਾਹੀਦਾ ਹੁੰਦਾ ਹੈ ਸੋ ਨੰਬਰ ਅਕਸਰ ਸਕਰੀਨ 'ਤੇ ਆਉਂਦੇ ਨੇ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਉਣ ਦਾ ਵਾਅਦਾ ਕਰਦੇ ਹਾਂ ਗੁਰਸ਼ਰਨ ਮਾਨ ਨੂੰ ਇੱਥੇ ਇਜਾਜ਼ਤ ਦਿਓ ਧੰਨਵਾਦ